ਬਈ ਇਹ ਦੌੜ ਕੇ ਕਮਰੇ 'ਚ ਗਿਆ ਅਤੇ ਜਿਹੜਾ ਇਹਦਾ ਚਾਚਾ ਵਿਸਾਖਾ ਸਿੰਘ ਜਿਹਦੇ ਹੱਥ ਵਿੱਚ ਲੋਹੇ ਦੀ ਰਾੜ ਪੜੀ ਹੋਈ ਸੀ ਉਹਦੇ ਨਾਲ ਉਹਨੂੰ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਸੀ। ਇਹਨੇ ਬਚਾਓ ਲਈ ਰੌਲਾ ਜਦੋਂ ਪਾਇਆ, ਇਹਦੀ ਜਿਹੜੀ ਚਾਚੀ ਹੈ ਕਮਲਜੀਤ ਕੌਰ ਉਹ ਵੀ ਮੌਕੇ 'ਤੇ ਆ ਗਈ, ਉਹਨੂੰ ਫੜਨ ਲੱਗੇ ਤਾਂ ਉਹ ਜਿਹੜਾ ਰੌਡ ਲੈ ਕੇ ਇਹਦੇ ਵੱਲ ਨੂੰ ਸਿੱਧਾ ਹੋ ਗਿਆ। ਇਹਨੇ ਵੀ ਸੋਚਿਆ ਵੀ ਕਿਤੇ ਮੇਰੇ ਵੀ ਨਾ ਮਾਰੇ, ਉਹ ਸਮੇਤ ਰੌਡ ਜਿਹੜਾ ਮੌਕਾ ਤੋਂ ਭੱਜ ਗਿਆ ਸੀਗਾ। ਮੈਂ ਮੌਕਾ 'ਤੇ ਪਹੁੰਚ ਕੇ ਸਰਪੰਚ ਦੇ ਬਿਆਨ 'ਤੇ ਜਿਹੜਾ ਪਰਚਾ ਅੰਡਰ ਸੈਕਸ਼ਨ 302 IPC ਦੇ ਦਰਜ ਕਰਤਾ, ਦੋਸ਼ੀ ਨੂੰ ਫੜਨ ਲਈ ਜਿਹੜੀਆਂ ਮੈਂ 2-3 ਪੁਲਿਸ ਪਾਰਟੀਆਂ ਆਪਣੀਆਂ ਲਾਈਆਂ ਹੋਈਆਂ ਨੇ। ਹੋ ਸਕਦਾ ਉਹਨੂੰ ਮੈਂ ਸ਼ਾਮ ਤੋਂ ਪਹਿਲਾਂ ਅਰੈਸਟ ਕਰ ਲਵਾਂਗਾ ਜੀ, ਪੋਸਟਮਾਰਟਮ ਮੈਂ ਕਰਵਾ ਰਿਹਾ ਜੀ ਉਰੇ। ਹਾਂਜੀ ਵੀ ਅੱਜ ਸਾਨੂੰ 6:30 ਵਜੇ ਇੱਕ ਜਿਹੜਾ ਟੈਲੀਫੋਨ ਚੌਕੀ ਤੋਂ ਮਸੂਲ ਹੋਇਆ ਸੀਗਾ, ਭਰਤਗੜ੍ਹ ਦੇ ਸਰਪੰਚ ਨੇ ਸੁਖਜੀਤ ਸਿੰਘ ਜੀ, ਉਹਨਾਂ ਨੇ ਭਰਤਗੜ੍ਹ ਚੌਕੀ 'ਚ ਫੋਨ ਕੀਤਾ ਸੀ। ਉਹਨਾਂ ਦਾ ਇੱਕ ਭਰਾ ਹੈ ਚਾਚੇ ਦਾ ਲੜਕਾ ਅਮਰਜੋਤ ਸਿੰਘ, ਠੀਕ ਹੈ ਜੀ, ਉਹਨੂੰ ਉਹਨਾਂ ਦੇ ਵਿਸਾਖਾ ਸਿੰਘ ਚਾਚਾ ਲੱਗਦਾ ਇੱਕ, ਉਹਦੇ ਵੱਲੋਂ ਮਾਰ ਕੁੱਟ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਹ ਜਿਹੜਾ ਸਰਪੰਚ ਸੁਖਦੀਪ ਸਿੰਘ ਸੀਗਾ, ਅੱਜ ਕੁਦਰਤੀ ਅਚਾਨਕ ਆਪਣੇ ਕਿਸੇ ਘਰੇਲੂ ਜ਼ਰੂਰੀ ਕੰਮ ਲਈ ਉਹਨਾਂ ਦੇ ਘਰ ਗਿਆ ਸੀਗਾ। ਜਦੋਂ ਇਹ ਘਰ ਉੱਥੇ ਐਂਟਰ ਹੋਇਆ, ਇੱਥੇ ਨੂੰ ਪਤਾ ਲੱਗਿਆ ਇਹਨੇ ਚੀਕਾਂ ਦੀ ਆਵਾਜ਼ ਸੁਣੀ ਬਈ ਇਹ ਦੌੜ ਕੇ ਕਮਰੇ 'ਚ ਗਿਆ ਅਤੇ ਜਿਹੜਾ ਇਹਦਾ ਚਾਚਾ ਵਿਸਾਖਾ ਸਿੰਘ ਜਿਹਦੇ ਹੱਥ ਵਿੱਚ ਲੋਹੇ ਦੀ ਰਾੜ ਪੜੀ ਹੋਈ ਸੀ ਉਹਦੇ ਨਾਲ ਉਹਨੂੰ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਸੀ। ਇਹਨੇ ਬਚਾਓ ਲਈ ਰੌਲਾ ਜਦੋਂ ਪਾਇਆ, ਇਹਦੀ ਜਿਹੜੀ ਚਾਚੀ ਹੈ ਕਮਲਜੀਤ ਕੌਰ ਉਹ ਵੀ ਮੌਕੇ 'ਤੇ ਆ ਗਈ, ਉਹਨੂੰ ਫੜਨ ਲੱਗੇ ਤਾਂ ਉਹ ਜਿਹੜਾ ਰੌਡ ਲੈ ਕੇ ਇਹਦੇ ਵੱਲ ਨੂੰ ਸਿੱਧਾ ਹੋ ਗਿਆ। ਇਹਨੇ ਵੀ ਸੋਚਿਆ ਵੀ ਕਿਤੇ ਮੇਰੇ ਵੀ ਨਾ ਮਾਰੇ, ਉਹ ਸਮੇਤ ਰੌਡ ਜਿਹੜਾ ਮੌਕਾ ਤੋਂ ਭੱਜ ਗਿਆ ਸੀਗਾ। ਮੈਂ ਮੌਕਾ 'ਤੇ ਪਹੁੰਚ ਕੇ ਸਰਪੰਚ ਦੇ ਬਿਆਨ 'ਤੇ ਜਿਹੜਾ ਪਰਚਾ ਅੰਡਰ ਸੈਕਸ਼ਨ 302 IPC ਦੇ ਦਰਜ ਕਰਤਾ, ਦੋਸ਼ੀ ਨੂੰ ਫੜਨ ਲਈ ਜਿਹੜੀਆਂ ਮੈਂ 2-3 ਪੁਲਿਸ ਪਾਰਟੀਆਂ ਆਪਣੀਆਂ ਲਾਈਆਂ ਹੋਈਆਂ ਨੇ। ਹੋ ਸਕਦਾ ਉਹਨੂੰ ਮੈਂ ਸ਼ਾਮ ਤੋਂ ਪਹਿਲਾਂ ਅਰੈਸਟ ਕਰ ਲਵਾਂਗਾ ਜੀ, ਪੋਸਟਮਾਰਟਮ ਮੈਂ ਕਰਵਾ ਰਿਹਾ ਜੀ ਉਰੇ। ਜੋ ਵੀ ਉਹਦੀਆਂ ਟੋਟਲ ਪੋਸਟਮਾਰਟਮ ਦੇ ਡਿਊਰਿੰਗ ਪੋਸਟਮਾਰਟਮ ਉਹਨਾਂ ਦੀਆਂ ਸੱਟਾਂ ਦਾ, ਜਿੱਥੇ ਜਿੱਥੇ ਸੱਟਾਂ ਮਾਰੀਆਂ ਕੀ ਹੈ, ਉਹ ਆਫਟਰ ਪੋਸਟਮਾਰਟਮ ਸਾਰਾ ਕੁਝ ਜਿਹੜਾ ਕਲੀਅਰ ਹੋ ਜਾਏਗਾ ਜੀ, ਅਤੇ ਜਿਹੜਾ ਦੋਸ਼ੀ ਆ ਉਹਨੂੰ ਆਪਾਂ ਅਰੈਸਟ ਕਰ ਲਵਾਂਗੇ ਜੀ। ਅਰੰਜਸ ਇਸ ਤਰ੍ਹਾਂ ਹੈ, ਕੋਈ ਪਤਾ ਲੱਗਿਆ ਵੀ ਜਿਹੜਾ ਇਹ ਦੋਸ਼ੀ ਹੈ ਇਹ ਕਿਤੇ ਮੁੰਡੇ ਨੂੰ ਰੋਕਦਾ ਸੀ ਵੀ ਤੂੰ ਕਿਤੇ ਜਿਹੜੇ ਘਰ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਆਇਆ ਕਰ, ਅਜਿਹਾ ਕੋਈ ਕਾਰਨ ਸੀਗਾ। ਅੱਜ ਸਵੇਰੇ ਇਹਦੀ ਚਾਚੀ ਨੇ ਦੱਸਿਆ ਸਰਪੰਚ ਨੂੰ ਵੀ ਉਹਨੇ ਜਿਹੜਾ ਮੋਬਾਈਲ ਹੈ ਉਹ ਚੱਕ ਕੇ ਬਾਹਰ ਸਿੱਟਤਾ ਖਦਾਨ ਵਿੱਚ। ਉਹਨੇ ਕਿਹਾ ਵੀ ਮੁੰਡੇ ਦਾ ਤੂੰ ਮੋਬਾਈਲ ਨਾ ਸਿੱਟ, ਵੀ ਉਹ ਤੁਹਾਡੇ ਨਾਲ ਉੱਠ ਕੇ ਲੜੂਗਾ। ਅਤੇ ਉਹਨੇ ਵੀ ਸੁਣ ਲਿਆ, ਉਹ ਵੀ ਉੱਠਣ ਦੀ ਜਦੋਂ ਕੋਸ਼ਿਸ਼ ਕੀਤੀ, ਇੰਨੀ ਕੁ ਗੱਲ ਤੋਂ ਇਹਨਾਂ ਉੱਥੇ ਜਿਹੜਾ ਉਹਦੇ ਕੋਲ ਪਿਆ ਸੀ ਭੂਕਣਾ ਟਾਈਪ ਇੱਕ ਲੋਹੇ ਦੀ ਰੋਡ ਪਾਈਪ ਸੀਗੀ, ਰੋਡ ਨਹੀਂ ਸੀ ਪਾਈਪ ਸੀਗੀ, ਉਹਦੇ ਨਾਲ ਇਹਨਾਂ ਬੁਰੀ ਤਰ੍ਹਾਂ ਸੱਟਾਂ ਮਾਰ ਮਾਰ ਕੇ ਇਹਨੂੰ ਮੌਤ 'ਤੇ ਘਾਟ ਉਤਾਰਿਆ।